ਮੈਡੀਕਲ ਫੀਲਡ ਦੇ ਵਿੱਚ ਆਪਣਾ ਭਵਿੱਖ ਬਣਾਉਣ ਵਾਲੇ ਬੱਚਿਆਂ ਨੂੰ ਪਲੱਸ 2 ਮੈਡੀਕਲ ਤੋਂ ਬਾਅਦ ਅੰਡਰਗ੍ਰੈਜੂਏਟ ਕੋਰਸ ਨੂੰ ਲੈਣ ਵਾਸਤੇ ਨੀਟ ਦਾ ਐਗਜ਼ਾਮ ਦੇਣਾ ਪੈਂਦਾ ਹੈ ਜੀ ਹਾਂ ਐਨਈਈਟੀ ਨੈਸ਼ਨਲ ਐਲੀਜੀਬਿਲਟੀ ਕਮ ਐਂਟ੍ਰੈਂਟ ਟੈਸਟ ਇਹ ਟੈਸਟ ਪੂਰੇ ਦੇਸ਼ ਭਰ ਵਿੱਚ ਹੁੰਦਾ ਤੁਹਾਨੂੰ ਦੱਸ ਦਿੰਦੇ ਆ ਕਿ ਕੱਲ ਯਾਨੀ ਕਿ 7 ਮਈ 2023 ਦਿਨ ਐਤਵਾਰ ਨੂੰ ਇਹ ਟੈਸਟ ਹੋਣ ਵਾਲਾ ਹੈ ਟੈਸਟ ਦੀ ਟਾਈਮਿੰਗ ਰਹੇਗੀ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮ ਦੇ 5:20 ਤੱਕ ਤੁਹਾਨੂੰ ਦੱਸ ਦਿੰਨੇ ਆ ਕਿ ਅੱਧਾ ਘੰਟਾ ਪਹਿਲਾਂ ਇਹ ਜੋ ਸੈਂਟਰ ਹੈ ਇੱਥੇ ਵਿਦਿਆਰਥੀਆਂ ਨੂੰ ਪਹੁੰਚਣਾ ਹੋਊਗਾ ਉੱਥੇ ਵਿਦਿਆਰਥੀਆਂ ਦੀ ਸਿਕਿਉਰਿਟੀ ਚੈੱਕ ਵੀ ਹੋਏਗੀ ਤੁਹਾਨੂੰ ਦੱਸ ਦਿੰਨੇ ਆ ਕਿ ਜੇ ਕੋਈ ਵੀ ਵਿਦਿਆਰਥੀ ਆਪਣੇ ਰੀਜਨਲ ਅਟਾਇਰ ਚ ਆਪਣੇ ਆਉਣਾ ਚਾਹੁੰਦਾ ਹੈ ਕੈਜੂਅਲ ਚ ਆਉਣਾ ਚਾਹੁੰਦਾ ਹੈ ਤਾਂ ਉਹਨੂੰ ਥੋੜਾ ਜਿਆਦਾ ਪਹਿਲਾਂ ਆਉਣਾ ਪਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਕਿਸੇ ਵੀ ਤਰ੍ਹਾਂ ਦੇ ਸ਼ੂਜ਼ ਜੁਐਲਰੀ ਕਿਸੇ ਵੀ ਤਰ੍ਹਾਂ ਦੇ ਸਨ ਗਲਾਸਿਸ ਕੈਪ ਹੈਟ ਕੈਲਕੂਲੇਟਰ ਵਾਚੇਸ ਅਲਾਉ ਨਹੀਂ ਹੋਣਗੀਆਂ ਜੀ ਹਾਂ ਤੁਹਾਨੂੰ ਜੇ ਇਗਜ਼ਾਮ ਦੇਣਾ ਹੈ ਤਾਂ ਬਿਲਕੁਲ ਕੈਜੂਅਲ ਕੱਪੜਿਆਂ ਦੇ ਵਿੱਚ ਆ ਕੇ ਥੱਲੇ ਸਲੀਪਰਸ ਪਾ ਕੇ ਇਗਜ਼ਾਮ ਦੇਣਾ ਪਵੇਗਾ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਇਲੈਕਟ੍ਰੀਕਲ ਅਪਲਾਈਅੰਸ ਤੁਹਾਡੇ ਕੋਲ ਨਹੀਂ ਹੋਣਾ ਚਾਹੀਦਾ ਚਾਹੇ ਮੋਬਾਈਲ ਹੋਵੇ ਬਲੂਟੂਥ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੇ ਗੈਜਟਸ ਹੋਣ ਤੁਹਾਨੂੰ ਅਲਾਇ ਨਹੀਂ ਹਨ ਤੁਸੀਂ ਸਿਰਫ ਜਿਹੜੇ ਬਲੂ ਤੇ ਬਲੈਕ ਬਾਲ ਪੁਆਇੰਟ ਪੈਨ ਹੁੰਦੇ ਨੇ ਉਹਨਾਂ ਦੇ ਨਾਲ ਹੀ ਇਗਜ਼ਾਮ ਨੂੰ ਦੇ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਆ ਕਿ ਤਕਰੀਬਨ ਭਾਰਤ ਭਰ ਦੇ 500 ਸ਼ਹਿਰਾਂ ਵਿੱਚੋਂ ਲਗ ਲਗ ਸੈਂਟਰ ਬਣਿਆ ਜਿੱਥੇ ਨੀਟ ਦਾ ਇਗਜ਼ਾਮ ਹੋਵੇਗਾ ਕਿਉਂਕਿ ਜਿਹੜੇ ਵੀ ਅੰਡਰ ਗ੍ਰੈ ਜੇ ਉਹਦੇ ਨਾਲ ਰਿਲੇਟਡ ਕੋਈ ਵੀ ਬੈਚਲਰ ਅੰਡਰਗ੍ਰੈਜੂਏਟ ਪ੍ਰੋਗਰਾਮਸ ਹੁੰਦੇ ਨੇ ਬੈਚਲਰ ਡਿਗਰੀਸ ਹੁੰਦੀਆਂ ਨੇ ਤਾਂ ਉਹਨੂੰ ਕਲੀਅਰ ਕਰਨ ਵਾਸਤੇ ਉਹਦੇ ਵਿੱਚ ਰੈਂਕਿੰਗ ਲੈਣ ਵਾਸਤੇ ਇਹ ਜੋ ਨੈਸ਼ਨਲ ਟੈਸਟਿੰਗ ਏਜੰਸੀ ਹੈ ਉਹ NEET ਦਾ ਐਗਜ਼ਾਮ ਕਰਵਾਉਂਦੀ ਹੈ ਤੇ ਇਹ ਐਗਜ਼ਾਮ ਐਤ ਕੀ 7 ਮਈ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ